हेल्थ प्लस प्रोग्राम च तुहाडा सब दा स्वागत है। अज असीं तुहानूं लैके चल रहे हां आईवी हॉस्पिटल खन्ना, जो कि जीटी रोड खन्ना विखे स्थित है। इस हस्पताल विच बहुत सारियां सुविधावां उपलब्ध ने। यह हस्पताल NABH एक्रेडिटेड है। इत्थे कार्डियोलॉजी, जनरल सर्जरी, पीडियाट्रिक्स, क्रिटिकल केयर, इंटरनल मेडिसिन, फिजियोथेरेपी, डेंटल, IVF, प्लास्टिक सर्जरी, डर्मेटोलॉजी, नेफ्रोलॉजी, साइकेट्री, न्यूरोसर्जरी और एंड्रोक्रेनोलॉजी, न्यूरोलॉजी, रेडियोलॉजी, ENT, आई केयर, ऑन्कोलॉजी, गैस्ट्रो सर्जरी, ऑर्थोपेडिक्स एंड ज्वाइंट रिप्लेसमेंट, यूरोलॉजी और गैस्ट्रो एंट्रोलॉजी और पैथोलॉजी, हर तरह की सुविधा उपलब्ध है। मरीजों के लिए यह हस्पताल एक वरदान है। दूरों दूरों मरीज इतने अपने इलाज लिए आते हैं। सारी टीम ने इतों के डॉक्टर्स के नाल गलबात की, जिन्होंने सानू इस हस्पताल बारे विस्तृत जानकारी दी। IV हॉस्पिटल सेवा कर रहे हो, किवें तुसीं कार्डियक दे फील्ड विच अज्ज इक नाम जिहड़ा हैगा ਉਹ ਬਣ ਕੇ ਇਸ IV ਹਸਪੀਟਲ ਤੁਹਾਡੇ ਸਵਾਲ ਚੱਲ ਰਹੇ ਨੇ? ਸਰ, ਮੈਂ 2 ਸਾਲ ਤੋਂ IV ਹਸਪੀਟਲ ਨਾਲ ਜੁੜਿਆ ਹਾਂ ਅਤੇ 2 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਅਤੇ ਮੇਰਾ ਨਾਮ ਡਾਕਟਰ ਗਗਨਦੀਪ ਸਿੰਘ ਹੈ ਅਤੇ ਮੈਂ ਐਜ਼ ਏ ਬਤੌਰ ਕਾਰਡੀਓਲੋਜਿਸਟ ਇਸ ਹਸਪਤਾਲ ਦੇ ਵਿੱਚ ਸੇਵਾਵਾਂ ਦੇ ਰਿਹਾ। ਦੱਸੋ ਕੀ ਕਹਿਣਾ ਚਾਹੋਗੇ ਕਿ ਅੱਜ ਜਦੋਂ ਨਾੜੀਆਂ ਬਲੌਕ ਹੋ ਜਾਂਦੀਆਂ ਔਰ ਬੰਦਿਆਂ ਨੂੰ ਮਤਲਬ ਤੁਸੀਂ ਹਰਟ ਵਾਲੇ ਡਾਕਟਰ ਐਸੇ ਮੰਨੇ ਜਾਂਦੇ ਜਿਹੜੇ ਬਚਾਉਣ ਵਾਲੇ ਡਾਕਟਰ ਆ, ਵੀ ਹਰੇਕ ਚੀਜ਼ ਤੋਂ ਬਚਾ ਲੈਂਦੇ ਹੋ ਤੁਹਾਡੇ ਨਾਲ ਪੇਸ਼ੈਂਟ ਜਿਹੜੇ ਹੈਗੇ ਆ ਲਾਈਫ ਸਟਾਈਲ ਆਪਦਾ ਚੇਂਜ ਕਰਕੇ ਔਰ ਹੋਰ ਚੀਜ਼ਾਂ ਕਰਕੇ, ਤੁਹਾਡੀ ਇੱਥੇ ਬੜੀ ਵਧੀਆ ਟੀਮ ਹੈਗੀ ਹੈ ਹਾਰਟ ਦੀ, ਕੀ ਕਹਿਣਾ ਚਾਹੋ ਜੀ? ਸਾਡੇ ਇੱਥੇ ਜਿਹੜੀਆਂ ਫੈਸਿਲਿਟੀਜ਼ ਹੈ ਸਾਰੀਆਂ ਅਵੇਲੇਬਲ ਹੈ। ECG, ਇੱਕੋ ਹੋਲਟਰ, TMT ਅਤੇ ਐਂਜੀਓਗ੍ਰਾਫੀ ਅਤੇ ਐਂਜੀਓਪਲਾਸਟੀ। ਇਹਦੇ ਵਿੱਚ ਇਹ ਹੈ ਕਿ ਮੈਂ ਮਰੀਜ਼ਾਂ ਨੂੰ ਇਹ ਜਾਗਰੂਕ ਕਰਨਾ ਚਾਹੂੰਗਾ ਵੀ ਜੇ ਅਸੀਂ ਮੌਕੇ ਅਨੁਸਾਰ ਇੱਥੇ IV ਹੋਸਪਿਟਲ ਦੇ ਵਿੱਚ ਪਹੁੰਚ ਜਾਂਦੇ ਹਾਂ ਤਾਂ ਆਪਣੇ ਜਿਹੜਾ ਹੈ ਮੌਕੇ ਅਨੁਸਾਰ ਇਲਾਜ ਕੀਤਾ ਜਾ ਸਕਦਾ, ਕਿਉਂਕਿ ਸਾਡੀ ਇੱਕ ਬਹੁਤ ਸਾਨੂੰ ਜੋ ਪੜ੍ਹਾਇਆ ਜਾਂਦਾ ਹੈ ਕਿ ਟਾਈਮ ਇਜ਼ ਮਸਲ, ਜਿਹੜੀਆਂ ਮਾਸਪੇਸ਼ੀਆਂ ਹਾਰਟ ਦੀਆਂ ਹਨ ਉਹ ਇੱਕ ਸਮੇਂ ਦੇ ਬਰਾਬਰ ਹਨ, ਜਿੰਨਾ ਅਸੀਂ ਸਮਾਂ ਅੱਗੇ ਅੱਗੇ ਵਧਾਈ ਜਾਵਾਂਗੇ ਉਹ ਮਾਸਪੇਸ਼ੀਆਂ ਖਤਮ ਹੁੰਦੀਆਂ ਜਾਣਗੀਆਂ। ਇਸ ਕਰਕੇ ਸਾਨੂੰ ਸਮੇਂ ਸਿਰ ਹਸਪਤਾਲ ਦੇ ਵਿੱਚ ਪਹੁੰਚਣਾ ਚਾਹੀਦਾ ਤਾਂ ਕਿ ਅਸੀਂ ਸਮੇਂ ਸਿਰ ਉਹਨਾਂ ਦਾ ਇਲਾਜ ਕਰ ਸਕੀਏ ਅਤੇ ਸਮੇਂ ਸਿਰ ਮਰੀਜ਼ ਨੂੰ ਬਚਾ ਸਕੀਏ। ਅਗਰ ਉਹ ਮਾਸਪੇਸ਼ੀਆਂ ਪਰਮਾਨੈਂਟਲੀ ਡੈਮੇਜ ਹੋ ਜਾਂਦੀਆਂ ਤਾਂ ਮਰੀਜ਼ ਦੀ ਜਾਨ ਦਾ ਖਤਰਾ ਰਹਿੰਦਾ ਹੈ, ਮਰੀਜ਼ ਦੀ ਮੋਰਟੈਲਿਟੀ ਚਾਂਸਿਸ ਵੱਧ ਜਾਂਦੇ ਨੇ। ਔਰ ਦੱਸੋ IV ਹੋਸਪਿਟਲ ਕੀ ਫੈਸਿਲਿਟੀ ਤੁਹਾਡੇ ਕੋਲ ਅਵੇਲੇਬਲ ਹੈ? ਜਿੱਦਾਂ ਤੁਸੀਂ ਸਾਰਾ ਦੱਸਿਆ ਕਿ ਇੱਥੇ ECG ਹੈ, ਇੱਥੇ ਮੋਨੀਟਰਿੰਗ ਹੈ, ਇੱਥੇ TMT ਹੈ, ਇੱਥੇ ਹਰ ਤਰ੍ਹਾਂ ਦੀ ਅਸੀਂ ਤੁਸੀਂ ਮੁੱਢਲੀਆਂ ਜਿਹੜੀਆਂ ਸਹਾਇਤਾ ਤਾਂ ਦਿੰਦੇ ਹੋ, ਉਹਦੇ ਨਾਲ ਨਾਲ ਜਿਸ ਤਰੀਕੇ ਦੀ ਮਾਡਰਨ ਕੈਥ ਲੈਬ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੋ? ਸਾਡੇ ਕੋਲ ਮਾਡਰਨ CCU ਹੈ, ਮਾਡਰਨ ਕੈਥ ਲੈਬ ਹੈ। CCU ਦੇ ਵਿੱਚ ਸਾਡੀਆਂ ਸਾਰੀਆਂ ਸਟਾਫ ਟ੍ਰੇਨਡ ਹੈ ਔਰ ਜਿਹੜੇ ਇੰਟੈਂਸਿਵ ਮੋਨੀਟਰਿੰਗ ਹੈ ਸਾਡੇ ਉਹਦੇ ਵਿੱਚ ਕੋਈ ਲੈਗਿੰਗ ਫੈਕਟਰ ਨਹੀਂ ਹੈ। ਅਤੇ ਐਂਜੀਓਗ੍ਰਾਫੀ, ਐਂਜੀਓਪਲਾਸਟੀ ਸਾਡਾ ਪ੍ਰੋਸੀਜਰ ਹੈ, ਟੈਂਪਰੇਰੀ ਪੇਸਮੇਕਰ, ਪਰਮਾਨੈਂਟ ਪੇਸਮੇਕਰ, ਇਹ ਸਾਰੀਆਂ ਫੈਸਿਲਿਟੀਜ਼ ਹੈ। ਆਮ ਤੌਰ 'ਤੇ ਜਿਹੜੇ ਅਸੀਂ ਪੰਜਾਬ ਦੇ ਪੇਸ਼ੈਂਟ ਹੈਗੇ, ਖਾਸ ਕਰਕੇ ਜਿਹਨਾਂ ਦਾ ਮੱਖਣ ਮਲਾਈ ਜਿਹੜੇ ਖਾਣ ਵਾਲੇ ਸੀ ਜ਼ਿਆਦਾ ਔਰ ਵਹਿਮੀ ਅਸੀਂ ਜ਼ਿਆਦਾ, ਕਿਉਂਕਿ ਸਾਨੂੰ ਲੱਗਦਾ ਹੁੰਦਾ ਵੀ ਜੇ ਅਸੀਂ ਐਂਜੀਓਗ੍ਰਾਫੀ ਕਰਾ ਲਈ ਤਾਂ ਸਾਨੂੰ ਲੱਗਦਾ ਵੀ ਡਾਕਟਰ ਐਂਜੀਓਪਲਾਸਟੀ ਕਰਾਊਗਾ। ਕੀ ਕਹਿਣਾ ਚਾਹੋਗੇ ਕਿ ਪੰਜਾਬ ਦੇ ਅਸੀਂ ਲੋਕ ਹਾਂ, ਪਹਿਲਾਂ ਸਾਡੀਆਂ ਮਲਾਈਆਂ ਮੱਖਣ ਖਾਧੇ ਹੁੰਦੇ ਜ਼ਿਆਦਾ, ਵੀ ਤਕਰੀਬਨ ਹਰੇਕ ਬੰਦੇ ਦੀਆਂ ਨਾੜੀਆਂ 'ਚ ਬਲੋਕੇਜ ਹੁੰਦੀ ਹੋਈ ਆ, ਵੀ ਜਿਹਦੇ ਕਰਕੇ ਮਤਲਬ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਨਹੀਂ ਯਾਰ ਡਾਕਟਰ ਨੇ ਇਹਨਾਂ ਨੇ ਤਾਂ ਐਂਜੀਓਗ੍ਰਾਫੀ ਕਰ ਲਈ ਤਾਂ ਪਲਾਸਟਿਕ ਕਰਨਗੇ। ਕੀ ਕਹਿਣਾ ਚਾਹੋਗੇ ਕਿ ਇਸ ਮਿਥ ਤੋਂ ਬਾਹਰ ਆ ਕੇ ਇੱਕ ਪੇਸ਼ੈਂਟ ਨੂੰ ਡਾਕਟਰ ਦੇ ਉੱਤੇ ਇਸ ਚੀਜ਼ ਦੇ ਉੱਤੇ ਪੂਰਾ ਫੇਥ ਹੋਣਾ ਚਾਹੀਦਾ ਔਰ ਫੇਥ ਦੇ ਨਾਲ ਅਗਰ ਚੱਲੋਗੇ ਤਾਂ ਤੁਹਾਡੀ ਜ਼ਿੰਦਗੀ ਆ ਜਿਹਦੀ ਜ਼ਿੰਦਗੀ 'ਚ ਤੁਸੀਂ ਗਾਂਹ ਵਧਣਾ, ਜਿਹੜੇ ਉਹਦੇ ਅਟੈਂਡੈਂਟਸ ਹੈਗੇ ਉਹਨਾਂ ਨੂੰ ਵੀ ਇਸ ਗੱਲ ਦੀ ਸੋਚਣਾ ਚਾਹੀਦਾ ਕਿ ਸਾਡਾ ਪੇਸ਼ੈਂਟ ਅਸੀਂ ਡਾਕਟਰ ਦੇ ਸਾਹਮਣੇ ਪਾਇਆ, ਫਿਰ ਅਸੀਂ ਆਪਣੇ ਮਨ ਦੇ ਵਿੱਚ ਵਹਿਮ ਲਿਆ ਰਹੇ ਹਾਂ। ਕੀ ਕਹਿਣਾ ਚਾਹੋਗੇ? ਨਹੀਂ, ਇਹ ਬਹੁਤ ਮਿੱਥਿਆ ਹੈ ਕਿ ਵੀ ਡਾਕਟਰ ਐਂਜੀਓਗ੍ਰਾਫੀ ਕਰੇਗਾ ਅਤੇ ਉਹ ਤੋਂ ਬਾਅਦ ਸਟੈਂਡ 'ਤੇ ਪਾਏਗਾ। ਇਹਦੇ ਲਈ ਡਾਕਟਰਸ ਕਾਫੀ ਸਾਰੇ ਬਦਨਾਮ ਹੋ ਰਹੇ ਨੇ। ਮੈਂ ਕਹਾਂਗਾ ਇਸ ਤਰ੍ਹਾਂ ਕਿਤੇ ਵੀ ਨਹੀਂ ਹੁੰਦਾ ਹੈ। ਅਸੀਂ ਜੋ ਹੈ ਮਰੀਜ਼ ਦਾ ਇੱਕ ਜੈਨੂਨਲੀ ਐਂਜੀਓਗ੍ਰਾਫੀ ਕਰਨ ਤੋਂ ਬਾਅਦ 75% ਤੋਂ ਅਗਰ ਉੱਤੇ ਬਲੋਕੇਜ ਹੈ ਤਾਂ ਅਸੀਂ ਉਹਦਾ ਇਲਾਜ ਸਟੈਂਡ ਪਾ ਕੇ ਕਰਦੇ ਹਾਂ, ਬਾਕੀ 75% ਤੋਂ ਅਗਰ ਥੱਲੇ ਬਲੋਕੇਜ ਹੈ ਤਾਂ ਅਸੀਂ ਉਹਦਾ ਇਲਾਜ ਦਵਾਈਆਂ ਨਾਲ ਹੀ ਕਰਦੇ ਹਾਂ। ਇਹ ਕਿਤੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਹੈ, ਸਾਰੇ ਪਾਸੇ ਇੱਦਾਂ ਹੀ ਹੋ ਰਿਹਾ। ਬਾਕੀ ਜਿੱਥੇ ਤੱਕ ਮੱਖਣ ਮਲਾਈ ਦਾ ਸਵਾਲ ਹੈ, ਹਾਂ ਇਹ ਗੱਲ ਪਹਿਲਾਂ ਸੀ ਕਿ ਲੋਕ ਹੱਥੀਂ ਕਿਰਤ ਕਰਦੇ ਹੁੰਦੇ ਸੀ, ਮੱਖਣ ਮਲਾਈ ਖਾਂਦੇ ਸੀ ਅਤੇ ਉਹ ਸਾਰਾ ਕੁਛ ਉਹਨੂੰ ਹਜ਼ਮ ਕਰ ਲੈਂਦੇ ਸੀ। ਅੱਜ ਕੱਲ੍ਹ ਕੀ ਹੈ, ਲੋਕਾਂ ਦਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੈ ਕਿ ਇਨਡੋਰ ਗੇਮਸ ਆ ਗਏ ਹੈ, ਸਾਰੇ ਕੁਛ TV ਮੋਬਾਈਲਾਂ 'ਤੇ ਦੇਖਦੇ ਰਹਿੰਦੇ ਨੇ ਅਤੇ ਆਊਟਡੋਰ ਗੇਮਸ ਨੂੰ ਛੱਡ ਕੇ ਇਹ ਪੂਰਾ ਲਾਈਫ ਸਟਾਈਲ ਚੇਂਜ ਹੋਣ ਦੇ ਨਾਲ ਹੈ। ਇਹ CAD ਦੀ ਜਿਹੜੀ ਕੋਰਨਰੀ ਆਰਟਰੀ ਡਿਜ਼ੀਜ਼ ਹੈ, ਨਾੜੀਆਂ ਬਲੌਕ ਹੋਣ ਦੀ ਜਿਹੜੀ ਇਹ ਬਿਮਾਰੀ ਹੈ, ਇਹ ਆਪਣੇ ਪੰਜਾਬ 'ਚ ਵੱਧਦੀ ਜਾ ਰਹੀ ਹੈ, ਆਪਣੇ ਹਿੰਦੁਸਤਾਨ 'ਚ ਵੱਧਦੀ ਜਾ ਰਹੀ ਹੈ, ਜਿਹਦੇ ਕਰਕੇ ਵੈਸਟਰਨਾਈਜੇਸ਼ਨ ਹੋ ਗਿਆ, ਡਾਇਟ ਵਗੈਰਾ ਵੀ ਚੇਂਜ ਹੋਈ ਹੈ। ਪਹਿਲਾਂ ਡਾਇਟ ਅਸੀਂ ਰੋਟੀ ਦਾਲ ਫੁਲਕਾ ਖਾਂਦੇ ਸੀ, ਹੁਣ ਅਸੀਂ ਬਾਹਰੋਂ ਪੀਜ਼ਾ ਬਰਗਰ ਜਾਂ ਇਹ ਸਾਰੀਆਂ ਚੀਜ਼ਾਂ ਕਰਕੇ ਮੋਰਟੈਲਿਟੀ ਵੱਧਦੀ ਜਾ ਰਹੀ ਹੈ, ਜਿਹਦੇ ਕਰਕੇ CAD ਜ਼ਿਆਦਾ ਹੈ।
ਡਾਕਟਰ ਕੀ ਕਹਿਣਾ ਚਾਹੋਗੇ ਕਿ ਇਹ ਹਸਪੀਟਲ ਜੇ ਹਾਰਟ ਦੀ ਪੇਸ਼ੈਂਟ ਨੂੰ ਪ੍ਰੋਬਲਮ ਆਉਂਦੀ ਵੀ ਆ, ਇਹ ਹਸਪੀਟਲ ਜਿਹੜਾ ਮਲਟੀ ਸਪੈਸ਼ਲਿਟੀ ਆ ਜਿਹਦੇ ਵਿੱਚ ਹਾਰਟ ਦੇ ਨਾਲ ਨਾਲ ਖੜੇ ਆ ਡਾਕਟਰ, ਨੀਰੋ ਦੇ ਗੱਲ ਖੜੇ ਆ, ਹੋਰ ਹਰ ਫੈਸਿਲਿਟੀ ਜਿਹੜੀ ਹੈਗੀ ਹੈ, NCC ਵਾਲਾ ਜਿਹੜਾ ਹੈਗਾ 24 ਆਵਰ ਹੈ। ਕੀ ਕਹਿਣਾ ਚਾਹੋਗੇ ਕਿ ਐਸੇ ਹਸਪੀਟਲ ਦੇ ਵਿੱਚ ਹੀ ਬੰਦੇ ਨੂੰ ਇਲਾਜ ਕਰਾਉਣਾ ਚਾਹੀਦਾ ਜਿੱਥੇ ਮਾਡਰਨ OT ਹੈਗੇ ਆ, ਹਰ ਤਰ੍ਹਾਂ ਦੀ ਫੈਸਿਲਿਟੀ ਹੈਗੀ ਆ, ਕਿਉਂਕਿ ਇੱਥੇ ਇੱਕ ਬਿਮਾਰੀ ਦਾ ਨਹੀਂ ਬਲਕਿ ਹਰ ਬਿਮਾਰੀ ਦੇ ਇਲਾਜ ਦੇ ਲਈ ਡਾਕਟਰਸ ਜਿਹੜੇ ਹੈਗੇ ਆ, ਐਸੋਸੀਏਟਡ ਟੀਮ ਬੜੀ ਸਟਰੋਂਗ ਹੈ ਤੁਹਾਡੀ, ਕਿਉਂਕਿ ਹਾਰਟ ਵਾਲਾ ਜਿਹੜਾ ਪੇਸ਼ੈਂਟ ਆ ਪਹਿਲਾਂ ਹੀ ਬੜਾ ਪਹਿਲਾ ਪੇਸ਼ੈਂਟ ਹੁੰਦਾ ਜਾਂ ਉਹਦੀ ਏਜ 50 ਤੋਂ ਜ਼ਿਆਦਾ ਹੁੰਦੀ ਆ, ਉਹ ਹੋਰ ਚੀਜ਼ਾਂ ਨਾਲ ਵੀ ਘਿਰਿਆ ਹੁੰਦਾ ਅਤੇ ਇੱਥੇ ਉਹ ਸਾਰੇ ਘਿਰਿਆ ਜਿਹੜੀਆਂ ਚੀਜ਼ਾਂ ਤੋਂ ਘਿਰਿਆ ਹੁੰਦਾ ਉਹਦੇ ਡਾਕਟਰ ਵੀ ਨਾਲ ਹੈਗੇ ਆ। ਦੇਖੋ ਜੀ, ਹੋਸਪਿਟਲ IV ਦੇ ਵਿੱਚ ਇੱਕ ਵਰਦਾਨ ਦੇ ਰੂਪ ਵਿੱਚ ਹੈ ਖੰਨੇ ਦੇ ਵਿੱਚ, ਜਿਹੜਾ ਕਿ ਇਹ ਸਾਰੇ ਫੈਸਿਲਿਟੀ DC ਹਸਪਤਾਲ ਦੇ ਵਿੱਚ ਅਵੇਲੇਬਲ ਹੈ। ਇੱਕ ਛੱਤ ਦੇ ਥੱਲੇ ਤੁਹਾਨੂੰ ਸਾਰੇ ਡਾਕਟਰ ਮਿਲ ਜਾਣਗੇ। ਸਾਡੇ ਡਾਕਟਰ ਨਿਤਿਨ ਮਿੱਤਲ ਜੀ ਹੈ ਜੋ ਮੈਡੀਸਨ ਦੇ ਸਾਰੇ ਮਤਲਬ ਕਿ ਈਵਨ ਕਿ ਐਡਵਾਂਸਡ ਡਿਜ਼ੀਜ਼ ਆ ਉਹਨਾਂ ਨੂੰ ਵੀ ਟ੍ਰੀਟ ਕਰਦੇ ਨੇ। ਬਾਕੀ ਸਾਡੇ ਇੰਟੈਂਸਿਵਿਸਟ ਹੈ ਸਾਰੇ, ਮਤਲਬ ਕਿ ਜੋ ਕਿ ਕਾਫੀ ਵਧੀਆ ਨੇ। ਅਤੇ ਮੈਂ ਇਹੀ ਸਲਾਹ ਦਊਂਗਾ ਪੰਜਾਬ ਦੇ ਲੋਕਾਂ ਨੂੰ ਕਿ ਬਈ ਸਾਡੇ ਕੋਲ ਆਓ ਅਤੇ ਇੱਕ ਛੱਤ ਦੇ ਥੱਲੇ ਤੁਹਾਨੂੰ ਸਾਰੀਆਂ ਸੇਵਾਵਾਂ ਇਹ ਮਿਲਣਗੀਆਂ। ਹੁਣ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਡਾਕਟਰ ਨਿਤਿਨ ਜੀ ਦੇ ਨਾਲ ਜੋ MD ਮੈਡੀਸਨ ਦੇ ਨੇ ਔਰ ਲੰਬਾ ਐਕਸਪੀਰੀਅੰਸ ਹੈ ਜਿਨ੍ਹਾਂ ਦਾ, ਔਰ ਜਿਨ੍ਹਾਂ ਨੇ IV ਹੋਸਪਿਟਲ ਦੇ ਵਿੱਚ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਹਰ ਸਮੇਂ, ਹੁਣ ਵੀ ਦੇ ਰਹੇ ਨੇ, ਔਰ ਚਾਹੇ ਆਪਾਂ ਗੱਲ ਕਰ ਲਈਏ ਕਰੋਨਾ ਦੇ ਐਪੀਡੈਮਿਕ ਦੇ ਵਿੱਚ, ਚਾਹੇ ਅੱਜ ਗੱਲ ਕਰ ਲਈਏ, ਹਰ ਤਰ੍ਹਾਂ ਦੀਆਂ ਸੇਵਾਵਾਂ ਐਜ਼ ਏ MD ਮੈਡੀਸਨ ਹੈ ਨੇ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਧੰਨਵਾਦ, ਥੈਂਕ ਯੂ ਜੀ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਤੁਸੀਂ ਇਸ ਹੋਸਪਿਟਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹੋ, ਕੀ ਕਹਿਣਾ ਚਾਹੋਗੇ ਕਿ ਅੱਜ ਜਿਸ ਤਰੀਕੇ ਦੇ ਨਾਲ ਡੇਂਗੂ ਦਾ ਥੋੜ੍ਹਾ ਪ੍ਰਕੋਪ ਹੈ ਔਰ ਸੀਜ਼ਨਲ ਚੇਂਜ ਹੈਗਾ, ਅਲਰਜਿਕ ਬ੍ਰੋਂਕਾਈਟਿਸ ਬੱਚਿਆਂ ਦੇ ਵਿੱਚ ਆ ਰਹੀ ਹੈਗੀ ਆ, ਕੀ ਕਹਿਣਾ ਚਾਹੋਗੇ? ਸਰ, ਮੈਂ ਦੱਸਣਾ ਚਾਹਾਂਗਾ ਇਹ ਅੱਜ ਤੋਂ ਨਹੀਂ, ਇਹ ਪਿਛਲੇ ਬਹੁਤ ਸਾਲਾਂ ਤੋਂ, ਈਵਨ ਸਦੀਆਂ ਤੋਂ ਇਹ ਚੱਲਦਾ ਆ ਰਿਹਾ। ਜਿਵੇਂ ਮੌਸਮ ਬਦਲਦਾ ਹੈ ਉਵੇਂ ਮੌਸਮ ਦੇ ਵਿੱਚ ਅਲਰਜਨਸ ਜ਼ਿਆਦਾ ਹੁੰਦੇ ਨੇ, ਤਾਂ ਅਲਰਜੀ ਬਹੁਤ ਕਾਮਨ ਹੈ ਬੱਚਿਆਂ ਨੂੰ, ਬਹੁਤ ਜਲਦੀ ਇਹ ਸਰਦੀ ਜ਼ੁਕਾਮ ਜਾਂ ਕਿਸੇ ਨੂੰ ਵੀ, ਈਵਨ ਅਡਲਟਸ ਨੂੰ ਜਾਂ ਵੱਡਿਆਂ ਨੂੰ ਵੀ ਫੜ ਲੈਂਦੀ ਹੈ। ਤਾਂ ਇਹਦੇ ਵਿੱਚ ਜਿਵੇਂ ਵਾਇਰਸ, ਮੌਸਮ ਦੇ ਵਿੱਚ ਵਾਇਰਸਸ ਨੇ ਇਹ ਜ਼ਿਆਦਾ ਐਕਟੀਵੇਟ ਹੋ ਜਾਂਦੇ ਨੇ, ਜਿਵੇਂ ਅੱਜ ਕੱਲ੍ਹ ਬਹੁਤ ਜ਼ਿਆਦਾ ਡੈਂਗੀ ਵਾਇਰਸ ਦਾ ਚੱਲ ਰਿਹਾ ਹੈ। ਜਿਵੇਂ ਕਿ ਬਾਰਿਸ਼ਾਂ ਹੁੰਦੀਆਂ ਨੇ ਅਗਸਤ ਸਤੰਬਰ ਦੇ ਵਿੱਚ, ਪਾਣੀ ਰੁਕ ਜਾਂਦਾ ਹੈ ਤਾਂ ਮੱਛਰ ਪਣਪਦਾ ਹੈ ਅਤੇ ਉਹਦੇ ਨਾਲ ਡੇਂਗੂ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ ਆ। ਅਤੇ ਲੋਕ ਇਸ ਬਿਮਾਰੀ, ਜਿਵੇਂ ਤੁਸੀਂ ਦੱਸਿਆ ਕਿ ਬ੍ਰੋਂਕਾਈਟਿਸ, ਐਸਥਮਾ, ਡੇਂਗੀ, ਕੋਈ ਨੋਰਮਲ ਵਾਇਰਲ ਫੀਵਰ ਬਹੁਤ ਜ਼ਿਆਦਾ ਕਾਮਨ ਹੈ। ਔਰ IV ਹੋਸਪਿਟਲ ਜਿਹਦੇ ਵਿੱਚ ਕਿ ਤੁਸੀਂ ਹਰ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੇ ਹੋ, ਕੀ ਮਤਲਬ ਸੇਵਾਵਾਂ ਜਿਹੜੀਆਂ ਇੱਥੇ ਚੱਲ ਰਹੀਆਂ ਨੇ? ਸਾਡੇ ਕੋਲ ਮਤਲਬ ਪੇਸ਼ੈਂਟ ਬੇਸਿਕਲੀ ਦੋ ਤਰ੍ਹਾਂ ਦਾ ਆਉਂਦਾ। ਇੱਕ ਤਾਂ OPD ਬੇਸਿਸ 'ਤੇ ਆਉਂਦਾ, ਮਤਲਬ ਜੋ ਕਿ ਸਿੰਪਲ ਬੁਖਾਰ ਨਾਲ ਆ ਗਿਆ, ਖਾਂਸੀ ਨਾਲ ਆ ਗਿਆ, ਕੋਈ ਕਿਸੇ ਨੂੰ ਬੁਖਾਰ ਹੋ ਰਿਹਾ ਹੈ, ਕਿਸੇ ਨੂੰ ਚੈਸਟ ਪੇਨ ਹੋ ਰਹੀ ਹੈ, ਖਾਂਸੀ ਹੋ ਰਹੀ ਹੈ ਜਾਂ ਹੈ ਨਾ ਸਿਰ ਦਰਦ ਹੈ, ਤਾਂ ਕੁਛ ਪੇਸ਼ੈਂਟ ਸਿੱਧਾ ਐਮਰਜੈਂਸੀ 'ਚ ਆਉਂਦੇ ਨੇ, ਜਿਹੜੇ ਕਿ ਕ੍ਰਿਟੀਕਲ ਕੇਅਰ ਕੰਡੀਸ਼ਨ 'ਚ ਆਉਂਦੇ ਨੇ, ਜਿਵੇਂ ਕਿ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਹੀ ਨਹੀਂ ਆਉਂਦਾ, ਪੇਸ਼ੈਂਟ ਨੂੰ ਬਹੁਤ ਜ਼ਿਆਦਾ ਸਾਹ ਚੜ੍ਹਦਾ, ਈਵਨ ਬੈਠਿਆ ਨਹੀਂ ਜਾਂਦਾ। ਤਾਂ ਮਤਲਬ ਇਸ ਕੰਡੀਸ਼ਨ ਦੇ ਵਿੱਚ ਪੇਸ਼ੈਂਟ ਨੂੰ ਅਸੀਂ ਡਾਇਰੈਕਟ ਕੋਸ਼ਿਸ਼ ਕਰਦੇ ਹਾਂ ਵੀ ਜੋ OPD ਬੇਸਿਸ 'ਤੇ ਆਇਆ ਉਹਨੂੰ ਇਨਵੈਸਟੀਗੇਟ ਕਰੀਏ ਵੀ ਕੀ ਉਹਨੂੰ ਕਾਰਨ ਹੈ, ਉਹਦੇ ਕੋਈ ਬੁਖਾਰ ਆ ਰਿਹਾ ਤਾਂ ਉਹਨੇ ਵਾਇਰਸ ਦੇ ਕੁਛ ਟੈਸਟ ਕਰੀਏ ਜੋ ਬਣ ਸਕਦੇ ਹੈ, ਅਤੇ ਕੁਛ ਕੋਸ਼ਿਸ਼ ਕਰਦੇ ਹਾਂ ਉਹਨੂੰ OPD ਬੇਸਿਸ 'ਤੇ ਹੀ ਟ੍ਰੀਟਮੈਂਟ ਦੇ ਕੇ ਭੇਜੀਏ ਤਾਂ ਕਿ ਉਹ ਠੀਕ ਹੋ ਜਾਵੇ। ਅਤੇ ਜੇ ਪੇਸ਼ੈਂਟ ਐਮਰਜੈਂਸੀ 'ਚ ਲੈਂਡ ਕਰਦਾ ਕ੍ਰਿਟੀਕਲ ਕੇਅਰ ਕੰਡੀਸ਼ਨ ਦੇ ਵਿੱਚ, ਤਾਂ ਸਾਡੇ ਕੋਲ ਫੁੱਲੀ ਇਕਵਿਪਡ ICU ਹੈ, ਜਿਸ ਕ੍ਰਿਟੀਕਲ ਕੇਅਰ ਟੀਮ ਹੈ ਜਿਹਦਾ ਕਿ ਮੈਂ ਹੈੱਡ ਕਰਦਾ, ਅਤੇ ਇੰਟੈਂਸਿਵਿਸਟ ਹੈ, MOs ਨੇ, ਨਰਸਿਸ, ਟ੍ਰੇਨਡ ਨਰਸਿਸ ਹੈ, ਤਾਂ ਉਸਦਾ ਉਸ ਹਿਸਾਬ ਨਾਲ ਟ੍ਰੀਟਮੈਂਟ ਸ਼ੁਰੂ ਕਰ ਦਿੰਦੇ ਹਾਂ। ਜੇ ਅਗਰ ਆਪਾਂ ਗੱਲ ਕਰ ਲਈਏ ਹੋਸਪਿਟਲ ਜਿਹੜਾ ਹੈਗਾ ਮਲਟੀ ਸਪੈਸ਼ਲਿਟੀ ਹੋਸਪਿਟਲ ਹੈ, ਆਪਰੇਸ਼ਨਸ ਜਿਹੜੇ ਹੈਗੇ ਆ ਇੱਥੇ, ਚਾਹੇ ਲੈਪਰੋਸਕੋਪਿਕ ਸਰਜਰੀਜ਼ ਹੈ, ਚਾਹੇ ਦੂਸਰੀਆਂ ਸਰਜਰੀਜ਼ ਹੈ, ਇੱਥੇ ਹਮੇਸ਼ਾ ਹੁੰਦੀਆਂ ਰਹਿੰਦੀਆਂ ਨੇ। ਔਰ NCC ਵਾਲਾ ਜਿਹੜਾ ਹੈਗਾ ਡਾਕਟਰ 24 ਆਵਰ ਰਾਊਂਡ ਦੀ ਕਲੋਕ ਇੱਥੇ ਰਹਿੰਦਾ, ਜਿਹੜਾ ਕਿ ਆਮ ਹੋਸਪਿਟਲ ਆਪਾਂ ਦੇਖਿਆ ਕਿ ਲੋਕ ਵਿਜ਼ਿਟ ਆਉਂਦੇ ਆ, ਲੇਕਿਨ ਇੱਥੇ ਸਾਰੇ ਤਰ੍ਹਾਂ ਦੇ ਫੈਸਿਲਿਟੀਜ਼ ਹੈਗੀਆਂ, ਮਾਡਰਨ OT ਹੈਗਾ, ਹਰ ਤਰ੍ਹਾਂ ਦੇ ਨਾਲ ਮਤਲਬ ਜਿਹੜਾ ਹੈਗਾ ਹੋਸਪਿਟਲ ਸੇਵਾ ਦੇ ਵਿੱਚ ਲੱਗਿਆ ਹੋਇਆ। ਬਿਲਕੁਲ ਸਰ, ਜਿਵੇਂ ਸਾਡੇ ਕੋਲ ਕੋਈ ਵੀ ਕੰਡੀਸ਼ਨ ਦੇ ਵਿੱਚ ਪੇਸ਼ੈਂਟ ਆ ਜਾਂਦਾ ਹੈ ਤਾਂ ਅਸੀਂ ਉਹਨੂੰ ਈਵੈਲੂਏਟ ਕਰਦੇ ਹਾਂ ਕਿ ਇਹਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਜਾਂ ਈਵਨ ਸਪੋਜ਼ ਕੋਈ ਪੇਸ਼ੈਂਟ ਪੇਟ ਦਰਦ ਨਾਲ ਆਇਆ, ਉਹਦੇ ਅਸੀਂ ਚੈੱਕ ਕਰਦੇ ਹਾਂ, ਸਕੈਨ ਦੇ ਵਿੱਚ, ਪਿੱਤੇ ਦੇ ਵਿੱਚ ਪੱਥਰੀ ਆ ਗਈ, ਤਾਂ ਜਿਸ ਸਮੇਂ ਵੀ ਪੇਸ਼ੈਂਟ ਨੂੰ ਤਕਲੀਫ ਹੈ, ਈਵਨ ਚਾਹੇ ਦਿਨ ਹੈ ਚਾਹੇ ਰਾਤ ਹੈ, 24 ਘੰਟੇ, ਤਾਂ ਅਸੀਂ ਓਪਰੇਟ ਕਰ ਸਕਦੇ ਹਾਂ, ਅਤੇ ਸਾਡੇ ਕੋਲ ਪੂਰੀ ਟੀਮ ਹੈ ICU ਦੀ। ਸਰ, ਕੀ ਕਹਿਣਾ ਚਾਹੋਗੇ ਕਿ ਅਗਰ ਡੇਂਗੂ ਹੋ ਵੀ ਗਿਆ ਤਾਂ ਪੈਨਿਕ ਹੋਣ ਦੀ ਲੋੜ ਨਹੀਂ ਹੈ, ਕੋਈ ਬਿਮਾਰੀ ਆ ਵੀ ਗਈ ਤਾਂ ਪੈਨਿਕ ਹੋਣ ਦੀ ਲੋੜ ਨਹੀਂ ਹੈ? ਅੱਜ ਜਿਸ ਤਰੀਕੇ ਦੇ ਨਾਲ ਕਰੋਨਾ ਨੇ ਨਾ ਲੋਕਾਂ ਨੂੰ ਵੀਕ ਕਰ ਦਿੱਤਾ, ਲੋਕਾਂ ਦੇ ਮਨਾਂ ਨੂੰ ਡਰ ਲੱਗਣ ਲੱਗ ਗਿਆ, ਅਗਰ ਇੱਕ ਬੰਦਾ ਪੇਸ਼ੈਂਟ ਦੀ ਡੈਥ ਹੋ ਜਾਂਦੀ ਹੈ ਕਿਸੇ ਡੇਂਗੂ ਵਾਲੇ ਦੀ, ਤਾਂ ਲੋਕਾਂ ਦੇ ਵਿੱਚ ਇੱਕ ਬੜਾ ਡਰ ਬੈਠ ਜਾਂਦਾ ਹੈਗਾ, ਕਿਉਂਕਿ ਉਹ ਸਿੰਗਲ ਫੈਮਿਲੀਜ਼ ਹੈਗੀਆਂ, ਇੱਕ ਇੱਕ ਬੱਚਾ ਹੈਗਾ। ਕੀ ਕਹਿਣਾ ਚਾਹੋਗੇ ਕਿ ਅੱਜ ਘਬਰਾਉਣ ਦੀ ਬਿਲਕੁਲ ਲੋੜ ਨਹੀਂ, ਘਬਰਾਉਣ ਨਾਲ ਬਿਲਕੁਲ ਤੁਸੀਂ ਵੀਕ ਹੁੰਦੇ ਹੋ, ਔਰ ਉਹਦੇ ਨਾਲ ਜਿਹੜੇ ਸੈਲਸ ਆ ਸਾਡੇ ਉਹ ਵਧਣ ਦੀ ਥਾਂ 'ਤੇ ਹੋਰ ਨੈਗੇਟਿਵ ਜਾਣ ਲੱਗ ਜਾਂਦੇ? ਬਿਲਕੁਲ, ਬੜਾ ਵੈਲਿਡ ਕੁਐਸਚਨ ਪੁੱਛਿਆ ਤੁਹਾਨੂੰ,
ਤਾਂ ਇਸ ਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਹੈ। ਮਤਲਬ ਡੈਂਗੀ ਦੇ ਵਿੱਚ ਜਨਰਲੀ ਡੈਂਗੀ ਫੀਵਰ ਹੁੰਦਾ ਲੋਕਾਂ ਨੂੰ, ਜਿਹਦੇ ਵਿੱਚ ਮਤਲਬ ਨੋਰਮਲੀ 100 ਦੇ ਵਿੱਚ 80-90% ਲੋਕਾਂ ਨੂੰ ਸਿੰਪਲ ਨੋਰਮਲ ਵਾਇਰਲ ਫੀਵਰ ਹੀ ਹੁੰਦਾ ਹੈ। ਜਿਵੇਂ ਨੋਰਮਲ ਵਾਇਰਲ ਫੀਵਰ ਹੋਇਆ ਤਾਂ ਇਹਦੇ ਵਿੱਚ ਕੁਛ ਸਮੇਂ ਤੱਕ 4-5 ਦਿਨ ਤੱਕ ਬੁਖਾਰ ਚੜ੍ਹਦਾ ਹੈ, ਅਤੇ ਉਹਦੇ ਬਾਅਦ ਹਲਕਾ ਹਲਕਾ ਪੇਸ਼ੈਂਟ ਦੇ ਸੈੱਲ ਘਟਣੇ ਸ਼ੁਰੂ ਹੋ ਜਾਂਦੇ ਨੇ, ਅਤੇ ਉਹ ਨੈਚੁਰਲ ਪ੍ਰੋਸੈਸ ਹੈ, ਇਹ ਆਪਣੇ ਆਪ ਹੀ ਰਿਕਵਰ ਕਰ ਜਾਂਦਾ ਹੈ। ਇਸ ਦੇ ਵਿੱਚ ਪੇਸ਼ੈਂਟ ਜਿਸ ਪਾਣੀ ਦੀ ਮਾਤਰਾ ਜਾਂ ਜੂਸਿਸ ਜਾਂ ਲਿਕੁਇਡ ਦੀ ਮਾਤਰਾ ਪ੍ਰੋਪਰ ਸਰੀਰ ਦੇ ਵਿੱਚ ਰੱਖਦਾ ਹੈ ਅਤੇ ਬੁਖਾਰ ਹੋਣ 'ਤੇ ਸਿਰਫ ਪੈਰਾਸੈਟਾਮੋਲ ਹੀ ਲੈਂਦਾ ਹੈ, ਤਾਂ ਪੇਸ਼ੈਂਟ ਆਪਣੇ ਆਪ ਨੈਚੁਰਲ ਤਰੀਕੇ ਨਾਲ ਰਿਕਵਰ ਕਰ ਜਾਂਦਾ ਹੈ। ਤਾਂ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ। ਸਿਰਫ 5-10% ਪੇਸ਼ੈਂਟ ਹੀ ਨੇ ਜਿਨ੍ਹਾਂ ਨੂੰ ਸਾਡੀ ਮਤਲਬ ਹੋਸਪਿਟਲਾਈਜ਼ ਹੋਣ ਦੀ ਲੋੜ ਪੈਂਦੀ ਹੈ, ਅਤੇ ਉਹ ਹੁੰਦੇ ਵੀ ਨੇ। ਤਾਂ ਮਤਲਬ ਸਾਰੇ ਪੇਸ਼ੈਂਟ ਨੂੰ ਕੋਈ ਗਲੂਕੋਜ਼ ਦੀ ਲੋੜ ਨਹੀਂ, ਕੋਈ ਲਵਾਉਣ ਦੀ, ਕੋਈ ਟੀਕੇ, ਕੋਈ ਡਾਕਟਰਾਂ ਕੋਲ ਫਾਲਤੂ ਜਾਣ ਦੀ ਲੋੜ ਨਹੀਂ ਹੁੰਦੀ ਇਸਦੇ ਵਿੱਚ। ਬਟ ਕਿਸੇ ਮਤਲਬ ਐਕਸਪੀਰੀਅੰਸ ਡਾਕਟਰ ਕੋਲ ਇੱਕ ਵਾਰੀ ਡੇਂਗੂ ਹੋ ਜਾਵੇ, ਮਤਲਬ ਕਿਉਂਕਿ ਪੈਨਿਕ ਅੱਜ ਕੱਲ੍ਹ ਇੰਨਾ ਹੈਗਾ, ਤਾਂ ਇੱਕ ਵਾਰੀ ਤਾਂ ਕਿਸੇ ਐਕਸਪੀਰੀਅੰਸ ਡਾਕਟਰ ਕੋਲ ਜਾ ਕੇ ਉਹਨਾਂ ਨੂੰ ਇਹ ਦੇਖ ਲੈਣਾ ਚਾਹੀਦਾ ਸਾਰਾ ਚੈੱਕ ਕਰਾਉਣਾ। ਬਿਲਕੁਲ ਸਰ, ਇੱਕ ਵਾਰ ਪੇਸ਼ੈਂਟ ਨੂੰ ਜੇ ਕੋਈ ਬੁਖਾਰ ਹੈ ਤਾਂ ਤੁਸੀਂ ਆਪਣੇ ਐਕਸਪੀਰੀਅੰਸ ਡਾਕਟਰ ਹੈ, ਜਿਵੇਂ ਸ਼ਹਿਰ ਦੇ ਵਿੱਚ ਤੁਹਾਡੇ ਕੋਈ ਮੈਡੀਸਨ ਦਾ ਡਾਕਟਰ ਹੈ, ਤਾਂ ਉਹਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ, ਤਾਂ ਕਿ ਉਹ ਤੁਹਾਨੂੰ ਚੈੱਕ ਕਰਕੇ ਦੱਸ ਦੇ ਵੀ ਤੁਹਾਨੂੰ ਨੋਰਮਲ ਡੈਂਗੀ ਫੀਵਰ ਹੈ ਕਿ ਕੋਈ ਡੈਂਗੀ ਸ਼ੌਕ ਸਿੰਡਰੋਮ ਜਾਂ ਹਿਮਰੈਜਿਕ ਫੀਵਰ ਤਾਂ ਨਹੀਂ ਹੈ। ਜਨਰਲੀ ਇਹ ਬਹੁਤ ਘੱਟ ਹੁੰਦਾ, ਜੋ ਕਿ ਮੈਂ ਤੁਹਾਨੂੰ ਦੱਸ ਰਿਹਾ ਹਿਮਰੈਜਿਕ ਫੀਵਰ ਜਾਂ ਸ਼ੌਕ ਸਿੰਡਰੋਮ। ਜੇ ਸਪੋਜ਼ ਇਹ ਹੈ ਤਾਂ ਤੁਹਾਨੂੰ ਓਬਵੀਅਸਲੀ ਇੱਕ ਵਾਰ ਚੈੱਕਅਪ ਕਰਾਏਗਾ ਤਾਂ ਹੀ ਪਤਾ ਲੱਗੇਗਾ ਨਾ ਇਸ ਚੀਜ਼ ਦਾ, ਅਤੇ ਠੀਕ ਹੋ ਜਾਂਦਾ। ਥੈਂਕ ਯੂ ਸਰ। ਥੈਂਕ ਯੂ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅਸੀਂ ਅੱਜ ਆਏ ਹਾਂ ਮਾਲਵੇ ਦੇ ਪ੍ਰਸਿੱਧ ਹੋਸਪਿਟਲ ਦੇ ਵਿੱਚ, ਆਈ ਵੀ ਹੋਸਪਿਟਲ ਖੰਨਾ ਦੇ ਵਿੱਚ, ਔਰ ਗੱਲ ਕਰਨ ਜਾ ਰਹੇ ਹਾਂ ਜੀ ਐਮ ਸਾਹਿਬ ਨਾਲ। ਜੀ ਐਮ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ। ਥੈਂਕ ਯੂ ਸਰ। ਜਿਸ ਤਰੀਕੇ ਦੇ ਨਾਲ ਆਈ ਵੀ ਹੋਸਪਿਟਲ ਨੇ ਸਾਰੇ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹਦੀਆਂ ਜਿਹੜੀਆਂ ਬ੍ਰਾਂਚਿਸ ਜਾ ਰਹੀਆਂ ਨੇ, ਔਰ ਪੰਜਾਬ ਦੇ ਵਿੱਚ ਸਾਰੇ ਪੰਜਾਬ ਨੂੰ ਇਹਨੇ ਕਵਰ ਕੀਤਾ, ਚਾਹੇ ਮਾਲਵਾ ਹੋਵੇ, ਮਾਝਾ ਹੋਵੇ, ਦੁਆਬਾ ਹੋਵੇ, ਹਰ ਪਾਸੇ ਇਹਨੇ ਕਵਰ ਕੀਤਾ ਹੋਇਆ। ਔਰ ਤੁਸੀਂ ਇੱਥੇ ਹਰ ਤਰ੍ਹਾਂ ਦੀ ਸੇਵਾਵਾਂ ਜਿਹੜੀਆਂ ਹੈਗੀਆਂ ਆਈ ਵੀ ਹੋਸਪਿਟਲ ਸਾਰੇ ਹੋਸਪਿਟਲਾਂ 'ਚ ਮਿਲ ਰਹੀਆਂ, ਔਰ ਖੰਨੇ ਵਿਸ਼ੇਸ਼ ਕਰਕੇ ਜਿਸ ਇਲਾਕੇ 'ਚ ਆਪਾਂ ਬੈਠੇ ਹੈਗੇ ਹਾਂ, ਇੱਥੇ ਤੁਸੀਂ ਐਜ ਏ ਜੀ ਐਮ ਸੇਵਾ ਦੇ ਰਹੇ ਹੋ, ਕੀ ਕਹਿਣਾ ਚਾਹੋਗੇ, ਕੀ ਫੈਸਿਲਿਟੀਜ਼ ਦੇ ਨਾਲ ਲੈਸ ਹੈ ਹੋਸਪਿਟਲ? ਸਰ, ਸਾਡਾ ਆਈ ਵੀ ਵਾਈ ਸੁਪਰ ਸਪੈਸ਼ਲਿਟੀ ਹੋਸਪਿਟਲ ਖੰਨਾ, ਸਾਡਾ ਮੋਟੋ ਇੱਕੋ ਹੀ ਹੈਗਾ ਕਿ ਸੁਪਰ ਸਪੈਸ਼ਲਿਟੀ ਸਾਰੀ ਸਰਵਿਸਿਜ਼ ਇੱਕ ਛੱਤ ਦੇ ਨੀਚੇ ਦੇਣੀ ਹੈ ਐਟ ਅਫੋਰਡੇਬਲ ਪ੍ਰਾਈਸਿਸ। ਟੂ ਸਟਾਰਟ ਵਿਦ, ਸਾਡੇ ਕੋਲ ਵਨ ਆਫ ਦਾ ਬੈਸਟ ਕ੍ਰਿਟੀਕਲ ਕੇਅਰ ਯੂਨਿਟਸ ਹੈਗੇ ਆ, ਸਾਡੇ ਕੋਲ ਵਨ ਆਫ ਦਾ ਬੈਸਟ ਆਈ ਸੀ ਯੂਜ਼ ਹੈ, ਵੀ ਹੈਵ ਵਨ ਆਫ ਦਾ ਬੈਸਟ ਸਾਡੇ ਕੋਲ ਕੈਥ ਲੈਬ ਹੈ ਜਿੱਥੇ ਕਿ ਅਸੀਂ ਹਾਰਟ ਦੀ ਐਂਜੋਪਲਾਸਟੀ ਔਰ ਸਟੰਟਿੰਗ ਕਰਦੇ ਹਾਂ। ਸਾਡੇ ਕੋਲ ਨਿਊਰੋ ਸਰਜਰੀ ਵਿਭਾਗ ਹੈਗਾ, ਸਾਡੇ ਕੋਲ ਬਲੱਡ ਬੈਂਕ ਹੈ, ਸਾਡੇ ਕੋਲ ਡਾਇਲਿਸਿਸ ਸੈਂਟਰ ਹੈ। ਇਹਦੇ ਇਲਾਵਾ ਤਕਰੀਬਨ ਆਲਮੋਸਟ 90% ਆਫ ਦਾ ਇੰਸ਼ੋਰੈਂਸ ਕੰਪਨੀਆਂ ਸਾਡੇ ਨਾਲ ਐਸੋਸੀਏਟਿਡ ਹੈ, ਤੋ ਅਸੀਂ ਟੀ ਪੀ ਐੱਸ ਦਾ ਕੰਮ ਬੜੀ ਬਖੂਬੀ ਕਰਦੇ ਹਾਂ। ਸਾਡਾ ਅਸੀਂ ਆਯੁਸ਼ਮਾਨ ਭਾਰਤ ਸਰਕਾਰ ਦੀ ਜਿਹੜੀ ਸਕੀਮ ਹੈ ਉਹਦੇ ਨਾਲ ਇੰਪੈਨਲਡ ਹੈਗੇ ਹਾਂ, ਐਂਡ ਈ ਸੀ ਐੱਚ ਐੱਸ ਇਜ਼ ਆਲਸੋ ਇੰਪੈਨਲਡ ਵਿਦ ਅਸ। ਤੋ ਸਾਡਾ ਇੱਕੋ ਹੀ ਮੋਟੋ ਹੈ ਕਿ ਬੈਸਟ ਸਰਵਿਸ ਪ੍ਰੋਵਾਈਡ ਕਰਨਾ ਐਟ ਅਫੋਰਡੇਬਲ ਪ੍ਰਾਈਸ। ਔਰ ਸਰ, ਅਗਰ ਆਪਾਂ ਗੱਲ ਕਰ ਲਈਏ ਕਰੋਨਾ ਦੇ ਐਪੀਡੈਮਿਕ ਦੇ, ਜਿਸ ਤਰੀਕੇ ਦੇ ਨਾਲ ਇਸ ਹੋਸਪਿਟਲ ਨੇ ਸੇਵਾ ਕੀਤੀ ਅਗਾਂਹ ਵੱਧ ਕੇ, ਔਰ ਹਰ ਤਰ੍ਹਾਂ ਦੀ ਜਿਹੜੀ ਵੀ ਲੋੜ ਸੀਗੀ ਮਰੀਜ਼ਾਂ ਨੂੰ, ਚਾਹੇ ਆਕਸੀਜਨ ਦੀ ਗੱਲ ਸੀਗੀ, ਵੈਂਟੀਲੇਟਰ ਦੀ ਗੱਲ ਸੀਗੀ, ਚਾਹੇ ਹੋਰ ਡਾਕਟਰਸ ਦੀ ਗੱਲ ਸੀਗੀ, ਤਾਂ ਹਮੇਸ਼ਾ ਡਾਕਟਰਸ ਜਿਹੜੇ ਹੈਗੇ ਇੱਥੇ ਉਹ ਫਰੰਟ ਲਾਈਨ ਦੇ ਉੱਤੇ ਖੇਲੇ। ਹੁਣ ਜਿੱਦਾਂ ਕਰੋਨਾ ਦਾ ਦੇ ਬਾਅਦ ਵਿੱਚ ਡੇਂਗੂ ਦਾ ਥੋੜ੍ਹਾ ਜਿਹਾ ਹੈਗਾ ਪ੍ਰਕੋਪ ਚੱਲਿਆ ਹੋਇਆ, ਉਹਦੇ ਲਈ ਵੀ ਡਾਕਟਰਸ ਜਿਹੜੇ ਹੈਗੇ ਆ ਪੂਰੀ ਤਰੀਕੇ ਦੇ ਨਾਲ ਇੱਥੇ ਮੁਸਤੈਦੀ ਦੇ ਨਾਲ ਸੇਵਾ ਕਰੇ। ਅਸੀਂ ਕਰੋਨਾ ਦੇ ਪੈਨਡਮਿਕ ਦੇ ਟਾਈਮ ਵੀ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੋਣ ਦਿੱਤੀ ਮਰੀਜ਼ ਨੂੰ। ਸਾਡੇ ਡਾਕਟਰਾਂ ਨੇ ਬੜਾ ਦਿਲ ਲਗਾ ਕੇ ਕੰਮ ਕੀਤਾ ਹੈ, ਚਾਹੇ ਉਹ ਆਕਸੀਜਨ ਹੋ, ਚਾਹੇ ਉਹ ਵੈਂਟੀਲੇਟਰ ਹੋ, ਅਸੀਂ ਕੋਈ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ, ਔਰ ਡੇਂਗੂ ਲਈ ਵੀ ਅਸੀਂ ਪੂਰੀ ਤਰ੍ਹਾਂ ਪ੍ਰਪੇਅਰਡ ਹਾਂ। ਸਾਡੀ ਡਾਕਟਰਾਂ ਦੀ ਟੀਮ ਹੈਗੀ ਹੈ ਪੂਰੀ, ਔਰ ਦੇ ਆਰ ਫੁੱਲੀ ਇਕਵਿਪਡ ਵਿਦ ਆਲ ਦਾ ਫੈਸਿਲਿਟੀਜ਼। ਤਾਂ ਤੁਹਾਨੂੰ ਮਤਲਬ ਆ ਕੇ ਕਮਲੇ ਵਾਂਗੂ ਨਹੀਂ ਕਰਨਾ ਪੈਂਦਾ ਹੈਗਾ, ਤੁਹਾਡੀ ਇੰਪਲੀਮੈਂਟ ਸਕੀਮਸ ਦੇ ਜਿਹੜੇ ਹੈਗੇ ਆ, ਤੁਹਾਡੇ ਕੋਲ ਅਲੱਗ ਤਰ੍ਹਾਂ ਦੀ ਟੀਮ ਹੈਗੀ ਆ, ਔਰ ਜਿਹੜੇ ਬੰਦੇ ਨੂੰ ਕੋਈ ਵੀ ਲੋੜ ਪੈਂਦੀ ਹੈਗੀ ਆ ਤਾਂ ਉਹਨੂੰ ਬੜੀ ਪਿਆਰ ਦੇ ਨਾਲ ਸਮਝਾਇਆ ਜਾਂਦਾ ਵੀ ਭਾਈ ਆਹ ਫਾਰਮ ਆਹ ਚੀਜ਼ਾਂ, ਔਰ ਉਹ ਬੰਦੇ ਦੇ ਲਈ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੁੰਦੀ ਕਿ ਇੱਥੇ ਆ ਕੇ ਆਈ ਵੀ ਦੇ ਵਿੱਚ ਜਿਹੜੇ ਇੰਪੈਲਮੈਂਟ ਸਕੀਮਾਂ ਉਹਨਾਂ ਨੂੰ ਲੈਣ ਦੀ। ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ, ਅਸੀਂ ਹਰ ਡਿਪਾਰਟਮੈਂਟ ਨੂੰ ਅਲੱਗ ਅਲੱਗ ਤਰੀਕੇ ਨਾਲ ਬਿਠਾਇਆ, ਉੱਥੇ ਸਾਰਾ ਟ੍ਰੇਨਡ ਸਟਾਫ ਹੈਗਾ। ਜਿਸ ਤਰ੍ਹਾਂ ਹੀ ਪੇਸ਼ੈਂਟ ਹੋਸਪਿਟਲ ਦੇ ਪ੍ਰਮਾਈਸਿਸ 'ਚ ਐਂਟਰ ਕਰਦਾ ਹੈ ਅਤੇ ਉਹ ਫਿਰ ਸਾਡੀ ਰਿਸਪੋਂਸੀਬਿਲਟੀ ਬਣ ਜਾਂਦੀ ਹੈ, ਅਸੀਂ ਇੰਸ਼ੋਰ ਕਰਦੇ ਹਾਂ ਕਿ ਉਹਦੇ ਸਾਰੇ ਕੰਮ ਹੱਥੋ ਹੱਥ ਹੋਣ, ਉਹਨੂੰ ਕੋਈ ਪਰੇਸ਼ਾਨੀ ਨਾ ਹੋਏ, ਔਰ ਉਹ ਇਲਾਜ ਕਰਾ ਕੇ ਰਾਜ਼ੀ ਖੁਸ਼ੀ ਆਪਣੇ ਘਰ ਜਾਏ। ਥੈਂਕ ਯੂ ਸਰ। ਥੈਂਕ ਯੂ।